ਕਹਿੰਦੇ ਜਿਸ ਘਰ ਦੇ ਵਿੱਚ ਗਰੀਬੀ ਹੋਵੇ ਉਸ ਘਰ ਦਾ ਰਿਸ਼ਤੇਦਾਰ, ਉਸ ਘਰ ਦਾ ਪਰਿਵਾਰਕ ਮੈਂਬਰ ਉਸ ਤੋਂ ਮੁੱਖ ਮੋੜ ਲੈਂਦਾ ਹੈ, ਅਤੇ ਉਸ ਪਰਿਵਾਰ ਜਿਸ ਪਰਿਵਾਰ 'ਤੇ ਗਰੀਬੀ ਹੈ ਉਸਨੂੰ ਹਰ ਲੋਕ ਜਿਹੜੇ ਆ ਮਿਲਣਾ, ਉਹਨਾਂ ਨਾਲ ਜੁੜਨਾ ਪਸੰਦ ਨਹੀਂ ਕਰਦੇ, ਕਿਉਂਕਿ ਜਿਸ ਦੀਆਂ ਜੇਬਾਂ ਭਰੀਆਂ ਹੁੰਦੀਆਂ ਨੇ ਹਰ ਕੋਈ ਉਸਨੂੰ ਸਲਾਮ ਕਰਦਾ, ਪਰ ਗਰੀਬ ਦੀ ਕੋਈ ਸਾਰ ਨਹੀਂ ਲੈਂਦਾ। ਇਹੋ ਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ 6 ਅਕਤੂਬਰ ਨੂੰ ਇੱਕ ਪਰਿਵਾਰ ਦੇ ਵਿੱਚ ਇੱਕ ਲੜਕੀ ਦੀ ਮੈਰਿਜ ਹੈ, ਪਰ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਵਿਆਹ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ, ਇੱਥੋਂ ਤੱਕ ਕਿ ਆਨੰਦ ਕਾਰਜ ਕਰਨ ਦੇ ਲਈ ਵੀ ਪੈਸੇ ਨਹੀਂ ਹਨ। ਦੂਜੇ ਪਾਸੇ ਦੱਸਦੇ ਕਿ ਇਸ ਪਰਿਵਾਰ ਦੇ ਵਿੱਚ ਗਰੀਬੀ ਆਉਣ ਕਰਕੇ ਇਸ ਘਰ ਦੇ ਰਿਸ਼ਤੇਦਾਰ, ਭੈਣ ਭਰਾ, ਹੋਰ ਜੋ ਸੰਬੰਧੀ ਨੇ ਉਹ ਇਸ ਪਰਿਵਾਰ ਨੂੰ ਮਿਲਣ ਦੇ ਲਈ ਇਹਨਾਂ ਦੇ ਘਰ ਨਹੀਂ ਪਹੁੰਚੇ, ਇੱਥੋਂ ਤੱਕ ਵਿਆਹ ਦੇ ਵਿੱਚ ਵੀ ਨਹੀਂ ਪਹੁੰਚੇ। ਪਰ ਇੱਕ ਪੁਲਿਸ ਦਾ ਜਿਹੜਾ ਅਧਿਕਾਰੀ ਹੈ, ਜਦੋਂ ਉਸਨੂੰ ਇਸ ਪਰਿਵਾਰ ਦੀ ਹਿਸਟਰੀ ਬਾਰੇ ਪਤਾ ਲੱਗਾ ਤਾਂ ਉਸਨੇ ਖੁਦ ਉਸ ਲੜਕੀ ਦਾ ਮਾਮਾ ਬਣ ਕੇ ਇਸ ਵਿਆਹ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਉਸਨੇ ਘਰ ਵਿੱਚ, ਉਸ ਲੜਕੀ ਦੇ ਘਰ ਵਿੱਚ ਜਾ ਕੇ ਲੜਕੀ ਨੂੰ ਵਿਸ਼ਵਾਸ ਦਵਾਇਆ ਕਿ ਉਸਦੇ ਵਿਆਹ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੱਤੀ। ਜਿਸ ਤਰ੍ਹਾਂ ਬਾਕੀ ਕੁੜੀਆਂ ਦੇ ਵਿਆਹ ਹੁੰਦੇ, ਇਸੇ ਤਰ੍ਹਾਂ ਇਸ ਲੜਕੀ ਦਾ ਵਿਆਹ ਹੋਵੇਗਾ। ਸੋ ਇੱਕ ਮੁਲਾਜ਼ਮ ਜੋ ਪੁਲਿਸ ਦਾ ਅਧਿਕਾਰੀ ਹੈ, ਉਹ ਆਪਣੀ ਜਿੱਥੇ ਤਨਦੇਹੀ ਨਾਲ ਡਿਊਟੀ ਕਰਦਾ ਹੈ, ਔਰ ਉਸਨੇ ਇੱਕ ਨਹੀਂ ਕਈ ਲੜਕੀਆਂ ਦੇ ਵਿਆਹਾਂ ਵਿੱਚ ਸ਼ਮੂਲੀਅਤ ਕਰਕੇ ਉਹਨਾਂ ਦੇ ਵਿਆਹਾਂ ਦਾ ਖਰਚਾ ਜਿਹੜਾ ਆਪ ਚੁੱਕਿਆ ਹੈ। ਸੋ ਇਹੋ ਜਿਹੇ ਇਨਸਾਨ ਵੀ ਨੇ ਜਿਹੜੇ ਲੋਕਾਂ ਦੇ ਦੁੱਖ ਦਰਦ ਜਾਣਦੇ ਨੇ, ਅਤੇ ਕੁਝ ਇਹੋ ਇਨਸਾਨ ਵੀ ਜਿਹੜੇ ਜਦੋਂ ਕੋਈ ਪਰਿਵਾਰ ਗਰੀਬ ਹੁੰਦਾ, ਜੋ ਗਰੀਬ ਗੁਰਬਤ 'ਚ ਰੁੜ ਰਿਹਾ, ਉਹਨਾਂ ਦਾ ਸਾਥ ਨਹੀਂ ਬਣਦਾ। ਪਰ ਇਸ ਮੁਲਾਜ਼ਮ ਨੇ ਉਸ ਧੀ ਦਾ, ਉਸ ਪਰਿਵਾਰ ਦਾ ਇੱਕ ਰਾਖਾ ਬਣ ਕੇ, ਉਸ ਲੜਕੀ ਦਾ ਮਾਮਾ ਬਣ ਕੇ ਇਸ ਕਾਰਜ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ, ਔਰ ਕਾਰਜ ਜਿਹੜਾ ਆਰੰਭ ਵੀ ਕਰ ਦਿੱਤਾ, ਕਿਉਂਕਿ 6 ਅਕਤੂਬਰ ਨੂੰ ਉਸ ਲੜਕੀ ਦੀ ਮੈਰਿਜ ਹੈ। ਸੋ ਪਰਿਵਾਰ ਦੇ ਵਿੱਚ ਇਸ ਨੂੰ ਲੈ ਕੇ ਬੜੀ ਖੁਸ਼ੀ ਹੈ, ਔਰ ਪੂਰੇ ਇਲਾਕੇ ਦੇ ਵਿੱਚ ਇਸ ਦੀ ਚਰਚਾ ਚੱਲ ਰਹੀ ਹੈ।